ਨਸ਼ਿਆਂ ਨੂੰ ਨੱਥ ਪਾ ਲੋ ਹਾਕਮੋ ਨਹੀਂ ਤੇ ਲੱਪਣੇ ਨਹੀਂ ਸੂਰ ਮੇ ਪੰਜਾਬ ਚੋਂ ਨਸ਼ਿਆਂ ਨੂੰ ਨੱਥ ਪਾ ਲੋ ਹਾਕਮੋ ਨਹੀਂ ਤੇ ਲੱਪਣੇ ਨਹੀਂ ਸੂਰ ਮੇ ਪੰਜਾਬ ਚੋਂ ਉਹਨਾਂ ਦੇ ਮਕਾਇਸੇ ਦੇ ਸੌਕੀ ਨਹੀਂ ਮਿਲਗੀ ਤੈਨੂੰ ਇਹ ਪਗੜੀ ਸਿਰ ਦਾ ਚੜਦੀ ਕਲਾ ਵਿੱਚ ਰਹਿੰਦੇ ਹਨ ਕੀ ਪੁੱਤ ਸਰਦਾਰਾਂ ਦੇ ਅੱਜ ਦਿਨ ਖੁਸ਼ੀਆਂ ਦਾ ਸਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਨੋ ਨੋ ਜਿਹੜਾ ਤੁਸੀਂ ਕੌਮ ਦੇ ਹੀਰੇ ਦਾ ਗੀਤ ਗਾਇਆ ਮੇਰੀ ਕੌਮ ਦੇ ਹੀਰੇ ਜ਼ਾਲਮ ਦਾ ਆਫਕੋਰਸ ਜਿਹੜਾ ਜੈ ਜੀਬੀ ਵਾਲਾ ਗੀਤ ਆ ਉਹ ਤਾਂ ਚੱਕਮਾ ਹੋਏਗਾ ਪੂਰਾ ਕਾਫੀ ਚੱਕਮਾਇਆ ਹੈ ਬੜਾ ਨਵਾਂ ਮੈਂ ਕੋ ਚੱਕਮੇ ਘਟ ਗਿਆ ਲੇਕਿਨ ਉਹ ਕਹਿੰਦਾ ਅੰਦਰਲਾ ਜਿਹੜਾ ਜਗਾ ਹੁਣ ਤੇ ਚੱਕਵਾਇਆ ਕਰੀਏ ਮੈਂ ਕਹਿੰਦਾ ਚਲੋ ਜੀ ਇੰਗਲੈਂਡ ਦੇ ਵਿੱਚੋਂ ਬਹੁਤ ਸਾਰੇ ਪੰਜਾਬੀ 뮤జిਸ਼ੀਅਨਸ ਨੇ ਜਨਮ ਲਿਆ ਔਰ ਉਥੇ ਇਸ ਤਰ੍ਹਾਂ ਦੇ ਗਰੁੱਪ ਬਣੇ ਜਿਨ੍ਹਾਂ ਨੇ ਪੰਜਾਬੀ ਦਾ ਗੀਤ ਸੰਗੀਤ ਸਾਰੇ ਸੰਸਾਰ 'ਚ ਮਸ਼ਹੂਰ ਕਰ ਦਿੱਤਾ ਪਰ ਜਦੋਂ ਤੋਂ ਸੁਖਸ਼ਿੰਦਰ ਸ਼ਿੰਦਾ ਜਿਹੜੇ ਕਿ ਆਪ 뮤직 ਵੀ ਉਹ ਵਜਾਉਂਦੇ ਨੇ ਉਹੋ ਇਸ ਫੀਲਡ 'ਚ ਆਏ ਨੇ ਉਹਨਾਂ ਨੇ ਬਹੁਤ ਵੱਖਰੇ ਵੱਖਰੇ ਰੰਗ ਪੇਸ਼ ਕੀਤੇ ਔਰ ਖਾਸ ਤੌਰ ਦੇ ਉਤੇ ਜਦੋਂ ਉਹ ਵਰਸਟਾਈਲ ਸਿੰਗਰ ਦੇ ਤੌਰ ਤੇ ਦੂਸਰੇ ਮਸ਼ਹੂਰ ਤੇ ਸਥਾਪਿਤ ਹੋਏ ਸਿੰਗਰਜ਼ ਨਾਲ ਗਾਉਂਦੇ ਨੇ ਤਾਂ ਉਹਨਾਂ ਦੀਆਂ ਉਹ ਐਲਬਮਸ ਬੜੀਆਂ ਮਸ਼ਹੂਰ ਹੋਈਆਂ ਕੋਲਾਬੋਰੇਸ਼ਨ ਕਰਨ ਦੇ ਉਹ 우ਸਤਾਦ ਨੇ ਗੁਰਦਾਸ ਮਾਨ ਸਾਹਿਬ ਤੋਂ ਲੈ ਕੇ ਸਾਜ਼ੀਆ ਮਨਜ਼ੂਰ ਤੱਕ ਸਾਰੇ ਹੀ ਗਾਉਣ ਵਾਲੇ ਚਾਹੁੰਦੇ ਨੇ ਕਿ ਸੁਖਸ਼ਿੰਦਰ ਚਿੰਦੇ ਨਾਲ ਵੀ ਗਾਇਆ ਜਾਏ ਕੋਲਾਬੋਰੇਸ਼ਨ ਕੀਤੀ ਜਾਏ ਇਨਸਟਰੂਮੈਂਟਲ ਤੇ ਵੋਕਲ 뮤직 ਦੋਨਾਂ ਦੇ ਵਿੱਚ ਨਿਪੁੰਨ ਹੋਣ ਕਰਕੇ ਹੀ ਸੁਖਸ਼ਿੰਦਰ ਚਿੰਦਾ ਇੰਨਾਂ ਬੁਲੰਦੀਆਂ ਤੇ ਪਹੁੰਚੇ ਨੇ ਅਜੋ ਸਾਡੇ ਸਟੂਡੀਓ ਚ ਆਏ ਹੋਏ ਨੇ ਜੀ ਸਸਰੀ ਕਲਤਨ ਸਾਹਿਬ ਪਿਆਰ ਪਰਿਸ਼ਾਸੇ ਕਾਲ ਮੇਰੇ ਵੀਰ ਭੈਣ ਜੋ ਦੇਖ ਰਹੇ ਇਸ ਚੈਨਲ ਨੂੰ ਗੁਰੂ ਮਹਾਰਾਜ ਚੰਦੂ ਸਿੰਘ ਬਖਸ਼ੇ ਹੋਪ ਜੀ ਅਭਿਮੰਸਵਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਔਰ ਲੱਖਾਂ ਦੀ ਗਿਣਤੀ ਜੀ ਤੁਹਾਡੇ ਜਿਹੜੇ ਫੈਨ ਨੇ ਉਹ ਤੁਹਾਡੇ ਗੀਤ ਸੁਣਦੇ ਨੇ ਔਰ ਤੁਹਾਡੇ ਗੀਤਾਂ ਦੀ ਚੁਆਇਸ ਜਿਹੜੇ ਬਾਕੀ ਦੇ ਗਾਉਣ ਵਾਲੇ ਨੇ ਸਥਾਪਿਤ ਗਾਉਣ ਵਾਲੇ ਕੀ ਵਜ੍ਹਾ ਹੋ ਸਕਦੀ ਹੈ ਕਿ ਉਹ ਤੁਹਾਡੇ ਨੂੰ ਚੁਣਦੇ ਨੇ ਤੁਹਾਡੇ ਨਾਲ ਕੋਲਾਬੋਰੇਸ਼ਨ ਕਰਨਾ ਚਾਹੁੰਦੇ ਨੇ ਇਹ ਤਨਸਾ ਮੈਂ ਕਿਵੇਂ ਕਹਿ ਸਕਦਾ ਤੇ ਖੈਰ ਇਹ ਜੀ ਕੋਲੈਬੋਰੇਸ਼ਨਸ ਮੇਰੇ ਆਪਣੇ ਕੁਝ ਪਸੰਦੀਦੇ ਹੁੰਦੇ ਆ ਦੇਖੋ ਸ਼ੁਰੂਆਤ ਜਿਹੜੀ ਆਪਾਂ ਕਰੀਏ ਕੋਲੈਬੋਰੇਸ਼ਨ ਮਾਨ ਤੋਂ ਇਹ ਮੇਰੇ ਜ਼ਿੰਦਗੀ ਦੇ ਇੱਕ ਹਾਈਲਾਈਟ ਆ ਇੱਕ ਸੁਪਨਾ ਵੀ ਕਦੇ ਸੋਚਿਆ ਨਹੀਂ ਸੀਗਾ ਕਿ ਗੁਰਦਾਸ ਮਾਨ ਪਾਜੀ ਦੇ ਲਿਵਿੰਗ ਲੈਜੈਂਡ ਵਨ ਐਂਡ ਓਨਲੀ ਉਹਨਾਂ ਨਾਲ ਗਾਇਆ ਤੇ ਸਟੇਜ ਤੇ ਬਕਾਇਦਾ ਪਰਫਾਰਮ ਵੀ ਕੀਤਾ ਸੀਗਾ ਨਾਲ ਅਬਰਾਰ ﺍﻟ हक ਸਾਹਿਬ ਪਾਕਿਸਤਾਨ ਦੇ ਬਹੁਤ ਫੇਮਸ ਸਿੰਗਰ ਸੋ ਇਕੱਠਾ ਦੇ ਸ਼ੁਰੂਆਤ ਅੱਥੋਂ ਹੋਈ ਸੀ ਦੇਖੀ ਕਿਤੇ ਸਾੜਨਾ ਨਹੀਂ ਦੋਨੋਂ ਵੀ ਜੈਜ਼ੀ ਵੀ ਜਿਹੜੇ ਪੰਚਮ ਚ ਗਾਉਣ ਵਾਲੇ ਉਸਤਾਦ ਨੇ ਔਰ ਫਿਰ ਤੁਹਾਡੇ ਨਾਲ ਰਾਹੁਤ ਜੀ ਗਾਉਣ ਲੱਗ ਪੈਂਦੇ ਨੇ ਸਾਜੀਆ ਮਨਜ਼ੂਰ ਤੁਹਾਡਾ ਕਰਨਾ ਚਾਹੁੰਦੀ ਆ ਇਸ ਦੀ ਵਜ੍ਹਾ ਮੈਂ ਚਲਣਾ ਚਾਹੁੰਦਾ ਸੀ ਕਿ ਤੁਸੀਂ ਸਾਰੇ ਹੀ ਲੋਕਾਂ ਨਾਲ ਜਿਹੜੇ ਉੱਪਰਲੀ ਸੁਰਾਂ ਚ ਗਾਉਂਦੇ ਨੇ ਛੋਟੀਆਂ ਸੁਰਾਂ ਚ ਗਾਉਂਦੇ ਨੇ ਸਾਰਿਆਂ ਨਾਲ ਗਾ ਲੈਂਦੇ ਦੇਖੋ ਮਿਊਜ਼ਿਕ ਕੋਈ ਸ਼ੁਰੂਆਤ ਮਿਊਜ਼ਿਕ ਤੋਂ ਕੀਤੀ ਆ ਤੇ ਫਿਰ ਉਹ ਰਮਜ ਹੁੰਦੀ ਆ ਸਿੰਗਰ ਦੀ ਵੀ ਇਹਨੂੰ ਪਤਾ ਹੁੰਦਾ ਵੀ ਕਿਸ ਤਰ੍ਹਾਂ ਗਾਉਂਦਾ ਇਹਦਾ ਕੀ ਅੰਦਾਜ਼ ਆ ਇਹਦੇ ਕੀ ਸਕੇਲ ਆ ਕਿੱਥੇ ਕੀ ਕਰ ਸਕਦਾ ਹਨ ਜਿਹੜਾ ਉੱਚੀ ਗਾਉਣ ਵਾਲਾ ਉਹਨੂੰ ਕੋਈ ਗੀਤ ਦੇ ਦਿਓ ਥੱਲੇ ਤੇ ਪਤਾ ਹੁੰਦਾ ਵੀ ਨਹੀਂ ਅਰੇਂਜ ਦੇ ਕਿਉਂਕਿ ਆਪਣਾ ਰੇਂਜ ਵੀ ਹੁੰਦਾ ਨਾ ਤੇ ਬਾਕੀ ਉਹ ਗੀਤ ਜਿਹੜੇ ਟੇਲਰ ਫਿਟ ਬਣਾਏ ਪਏ ਜੋ ਸ਼ਾਜੀਆ ਮਨਜੂਰ ਨਾ ਜਿਹੜੇ ਗੀਤ ਗਾਣਾ ਮੇਰੇ ਦਿਮਾਗ ਸਿਗਾ ਵੀ ਇਸ ਤਰ੍ਹਾਂ ਦੇ ਟਿਊਨ ਉਹ ਲਾਈਕ ਕਰੇਗੀ ਆਬਵੀਅਸਲੀ ਉਦਾਂ ਨਹੀਂ ਗਾਦੇ ਜਿਹੋ ਤੇ ਕੋਈ ਚੀਜ਼ ਪਸੰਦ ਨਾ ਆਇਆ ਬੱਡੇ ਸਿੰਗਰ ਜਿਹੜੇ ਉਦਾਂ ਨਹੀਂ ਗਾਦੇ ਕੋਈ ਉਹਦਾ ਜੇ ਨਾ ਵਧੀਆ ਲੱਗੇਗਾ ਨਾ ਉਹ ਨਹੀਂ ਗਾਏਗਾ ਤਾਨੂੰ ਕੋ ਨਹੀਂ ਗੀਤ ਵਧੀਆ ਸੀ ਨਹੀਂ ਗਾਵਾਂਗੇ ਜੇ ਕੋਈ ਲਿਰਿਕਸ ਵਧੀਆ ਕੋਗਾ 뮤직 ਕਹਿੰਦਾ ਮੈਂ ਕਹਿੰਦਾ ਉਹ ਨਹੀਂ ਵੀ ਮੇਰਾ ਮਤਲਬ ਦਾ ਨਹੀਂ ਠੀਕ ਨਹੀਂ ਸੋ ਦਿਲ ਨੂੰ ਲੱਗਣੀ ਚਾਹੀਦੀ ਗੱਲ ਪਹਿਲਾਂ ਸੋ ਜਿਹੜੀਆਂ ਚੀਜ਼ਾਂ ਬਣਾਈਆਂ ਬਕਾਇਦਾ ਗਾ ਕੇ ਉਹਨਾਂ ਨੂੰ ਭੇਜੀਆਂ ਸੁਨਾਈਆਂ ਠੀਕ ਨਹੀਂ ਕਿਸੇ ਵੀ ਸਿੰਗਰਣ ਵਾਲ ਉਹ ਕਹਿੰਦਾ ਵੀ ਬਹੁਤ ਅੱਛਾ ਹੈ ਬਹੁਤ ਹਮ ਹਮ ਸੋ ਇਸ ਕੋਲਾਬੋਰੇਸ਼ਨ ਦੇ ਵਿੱਚ ਕਿਹਦੇ ਕਿਹਦੇ ਨਾਲ ਤੁਸੀਂ ਕੋਲਾਬੋਰੇਸ਼ਨ ਕੀਤੀ ਮੇਰਾ ਵੀਰ ਦਲਜੀਤ ਜਸਾਂ ਜਸਵਲੇ ਜੋ ਗੁਰੂ ਮਾਰਾ ਦੀ ਬਹੁਤ ਬਖਸ਼ੀ ਸਨ ਉਹਨਾਂ ਤੇ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰਨ ਬਹੁਤ ਅੱਛੇ ਇਨਸਾਨ ਨੇ ਸਿੰਗਰਣ ਨੇ ਵੀ ਪਰਫਾਰਮਰ ਨੇ ਵੀ ਸੋ ਉਹਨਾਂ ਨਾਲ ਵੀ ਕੀਤਾ ਤੇ ਉਹ ਬਹੁਤ ਸਰਦਾਰਾਂ ਦੀ ਸਰਦਾਰੀ ਤੇ ਗੀਤ ਹੈ ਸਿੰਘ ਤੇ ਕੌਰ ਤੇ ਗੀਤ ਹੈ ਯੋ ਮੇਰੇ ਬਹੁਤ ਖਸਾਨ ਸੀਗਾ ਕੋਈ ਤੀਸ ਐਸ ਕੋ ਸੈਸਾ ਗੀਤ ਹੁੰਦਾ ਸਿੰਦੇ ਸਾਹਿਬ ਜੋ ਫੀਲਿੰਗ ਅੱਛੀ ਆ ਰਹੀ ਹੈ ਹਰੇ ਗੀਤ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਾਂ ਬਹੁਤ ਸਾਰੇ ਗੀਤ ਬਣਾਇਆ ਕਿ ਮੈਨੂੰ ਫੀਲਿੰਗ ਅੱਛੀ ਲੱਗਦੀ ਹੁੰਦੀ ਕਿ ਡਾਇਰੈਕਟਰ ਨੂੰ ਨਹੀਂ ਵਧੀਆ ਲੱਗਦਾ ਹੁੰਦਾ ਉਹ ਕਹਿੰਦੇ ਨਹੀਂ ਸੋ ਇਹ ਗੀਤ ਪਹਿਲਾਂ ਰਾਈਟਰ ਤੋਂ ਲਿਆ ਫਿਰ ਉਹਦੀ ਤਰਜ਼ ਬਣਾਣੀ ਫਿਰ ਉਹਦਾ 뮤직 ਕਿਸ ਟਾਈਪ ਦਾ ਹੋਊਗਾ ਫਿਰ ਜਾ ਕੇ ਸਿੰਗਰਾਂ ਦੇ ਨਾਲ ਕਿਹਦੇ ਨਾਲ ਗਾਣਾ ਉਸ ਕਿਦਾਂ ਦੀ ਉਹ ਕਿਦਾਂ ਗਾਦਾ ਉਹਨੂੰ ਕਿਦਾਂ ਸੂਟ ਹੋਊਗਾ ਜਿਹੜਾ ਦਿਲਜੀਤ ਨਾਲ ਗਾਇਆ ਕਿਹੜਾ ਗੀਤ ਆ ਉਹ ਥੋੜਾ ਗੁਣਗਾ ਕੇ ਦੱਸਣਾ ਮਿੱਤਰਾਂ ਦੇ ਨਾਂ ਦੇ ਪਿੱਛੇ ਸਿੰਘ ਲੱਗਦਾ ਸਿੰਘ ਨਾਲ ਜੋੜੀ ਜੱਜ ਦੀ ਏ ਘੌਰਦੀ ਅ ਮਿੱਤਰਾਂ ਦੇ ਨਾਂ ਦੇ ਪਿੱਛੇ ਸਿੰਘ ਲੱਗਦਾ ਸਿੰਘ ਨਾਲ ਜੋੜੀ ਜੱਜ ਦੀ ਏ ਘੌਰਦੀ ਕੀ ਬਾਤ ਹੈ ਹਾਂਜੀ ਇਹਦੇ ਪਰ ਕਲਚਰਲ ਸਟਾਈਲ ਜੋ ਮੇਰਾ ਅੰਦਾਜ਼ ਬਾਕੀ ਨਕੀ ਬੱਚੇ ਵੀ ਬੋਲਦੇ ਨਾਲ ਅਬਾਹ ਹਕਮ ਵਾਲੀ ਕਬੀ ਫਿੱਟ ਤੁਸੀਂ ਗਏ ਜੀ ਉਹ ਕਿੰਨਾ ਜ਼ਿਆਦਾ ਡਿਮਾਂਡ ਸੀਗੀ ਕਿਉਂਕਿ ਹੱਕ ਸਾਹਿਬ ਦਾ ਆਪਣਾ ਅੰਦਾਜ਼ ਹੈ ਗਾਣ ਦਾ ਤੇ ਪ੍ਰੋਨਾਂਊਂਸ ਕਰਨ ਦਾ ਲਵ ਜਿਹੜੇ ਨਾ ਉਹ ਬੜਾ ਸਟਾਈਲਿਸ਼ ਜਿਹਾ ਦਾ ਜਿਵੇਂ ਕੀ ਕੁਛੀ ਕੋਣ ਕਹਾ ਸੀਗਾ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈਗਾ ਨਾ ਖਾਸ ਕਰਕੇ ਉਹ ਪਬਲਿਕ ਦੀ ਡਿਮਾਂਡ ਸੀਗੀ ਤੇ ਉਹ ਗੀਤ ਵੀ ਬਹੁਤ ਵਧੀਆ ਮੈਂ ਸਾਰੇ ਗੀਤ ਨਹੀਂ ਤੇ ਸਕਰੋਸ ਕਰੂੰਗਾ ਤੇ ਇੱਥੇ ਰੱਖ ਅੱਛਾ ਜੀ ਉਹ ਲਿੰਦੇ ਪੰਜਾਬ ਦੇ ਕਿਸੇ ਰਾਈਟਰ ਦਾ ਲਿਖਿਆ ਹੋਇਆ ਉਹ ਹੱਕ ਸਾਖ ਸਾਹਿਬ ਦਾ ਆਪਣਾ ਲਿਖਿਆ ਅੱਛਾ ਜੀ ਹਾਂ ਜੀ ਉਹ ਇਦਾਂ ਹੁੰਦਾ ਜਦੋਂ ਆਪਾਂ ਬੈਠੇ ਹਾਰਮੋਨੀਅਮ ਦੇ ਨਾਲ ਇੱਥੇ ਮਾਈਕ ਲੱਗਾ ਹਕਸਾ ਮਕਨ ਆ ਵਿਕਲ ਅੰਦ ਕੀਏ ਜਾ ਕੇ ਗਾ ਕੇ ਵੇਖਣਾ ਸ਼ਾਜੀਮ ਜੁਦੇ ਵੀ ਆ ਵੀ ਗਾ ਕੇ ਵੇਖੋ ਆ ਵੀ ਗਾ ਕੇ ਵੇਖੋ ਹਮ ਹਮ ਫਿਰ ਦੇਖੀ ਤੇ ਵੀ ਕਿਦਾਂ ਸਾਜੀ ਦੇ ਕੀ ਦੁਗਾਣਾ ਕੋਈ ਬਿਊਟ ਉਹ ਮੇਰੀ ਬਹੁਤ ਫੇਵਰਿਟ ਸਿੰਗਰ ਹੈ ਮੇਰੇ ਸੈਕ ਨੋ ਨਾ ਉਹਦੀ ਆਵਾਜ਼ ਐਸੀ ਆ ਕੁਝ ਦਾ ਇਨਸਟਰੂਮੈਂਟ ਵੱਜਦਾ ਹੁੰਦਾ ਕੋ ਫਲੂਟ ਵੱਜ ਰਿਹਾ ਹਮ ਹਮ ਬਹੁਤ ਬਿਊਟੀਫੁਲ ਆਵਾਜ਼ ਆ ਵਨ ਆਫ ਮਾਈ ਫੇਵਰਿਟ ਸਿੰਗਰਸ ਹਮ ਹਮ ਤੇ ਆਫ ਕੌਰਸ ਜੈਜੀਬੀ ਨਾਲ ਵੀ ਤੋ ਜੈਜੀਬੀ ਤਾਂ ਸਾਡਾ ਵੀਰ ਹੋ ਤਿੰਨਾਂ ਦੇ ਵਿੱਚ ਉਹਨੇ ਹਾਜ਼ਰੀ ਉਹ ਜਿੰਨੇ ਵੀ ਕਰਾਂਗੇ ਕੈਲਕੂਲੇਸ਼ਨ ਉਹਨਾਂ ਦੀ ਹਾਜ਼ਰੀ ਲੱਗੂਗੀ ਅੱਛਾ ਅੱਛਾ ਸੋ ਇਹ ਵੀ ਦੋ ਸਾਲ ਬਾਅਦ ਸਾਡੇ ਇਕੱਠਿਆਂ ਦਾ ਗੀਤ ਆ ਰਿਹਾ ਜੈਜੀਬੀ ਦਾ ਕਪੂਰ ਸਾਰੇ ਲੋਕੀ ਕਹਿੰਦੇ ਪਤਾ ਨਹੀਂ ਕਿਹਨੇ ਅਨੁਭਵ ਨੂੰ ਮੈਂ ਕੀ ਕਹਿੰਦਾ ਸੁਰੂ ਹਰੇਕ ਬੰਦਾ ਇੱਕ ਐਕਸਪੈਰੀਮੈਂਟ ਕਰਦਾ ਹੱਕ ਵੀ ਐਕਸਪੈਰੀਮੈਂਟ ਕਰਦਾ ਸੋ ਦੋ ਸਾਲਾਂ ਬਾਅਦ ਸਾਡਾ ਗੀਤ ਆ ਰਿਹਾ ਇਕੱਠਾ ਆਫ ਕੌਰਸ ਜਿਹੜਾ ਜੈਜੀਬੀ ਵਾਲਾ ਗੀਤ ਹੋ ਤਾਂ ਚੱਕਮਾ ਹੋਏਗਾ ਪੂਰਾ ਹਾਂਜੀ ਉਹਦੇ ਵਿੱਚ ਉਹ ਕਾਫੀ ਚੱਕਮਾਇਆ ਲੜ ਰਵੇ ਮੈਂ ਕੋ ਚੱਕਵੇਂ ਘਟ ਗਿਆ ਲੇਕਿਨ ਉਹ ਕਹਿੰਦਾ ਅੰਤਰਲਾ ਜਿਹੜਾ ਜਗਾ ਹੁਣ ਤੇ ਚੱਕਵਾਜਾ ਕਰੀਏ ਮੈਂ ਕਹਾਂ ਚਲੋ ਠੀਕ ਹੈ ਅੱਛਾ ਤੇ ਲਿਵਿੰਗ ਲੈਜੈਂਡ ਸਾਡੇ ਸ੍ਰਿੰਦਰ ਚਿੰਤਾ ਜੀ ਮਹਾਰਾਜ ਉਹਨਾਂ ਬਾਰੇ ਦੱਸੋ ਹਾਂਜੀ ਕਿਉਂਕਿ ਅਸੀਂ ਉਹਨਾਂ ਦੇ ਕੀ ਸਾਰੀ ਦੁਨੀਆ ਨੇ ਸੁਣਿਆ ਸੋ ਦੋਨੇ ਛਿੰਦੇ ਇਕੱਠੇ ਗਾਉਂਦੇ ਹਾਂਜੀ ਇੱਕ ਲੁਧਿਆਣੇ ਵਾਲਾ ਛਿੰਦਾ ਹਾਂਜੀ ਦੇ ਕੇ ਇੰਗਲੈਂਡ ਗਏ ਤੇ ਇਹ ਮੋਹਨ ਪਾਂਸੀਆਂ ਵਾਲਿਆਂ ਦੇ ਲਿਖਿਆ ਹੋਇਆ ਗੀਤ ਜਿਹੜਾ ਛਿੰਦੇ ਹਾਂਜੀ ਟਰੱਕਾਂ ਦੇ ਕਾਫੀ ਕਰ ਤੁਹਾਡੇ ਮੇਰੇ ਖਿਆਲੋਂ ਉਹ ਆਈਡਲ ਵੀ ਰਹੇ ਆ ਕਾਫੀ ਦਿਨ ਹਾਂਜੀ ਹਾਂਜੀ ਬਹੁਤ ਉਸਤਾਦ ਬੰਦੇ ਨੇ ਮਾਨਕ ਸਾਹਿਬ ਹੋਏ ਸਿੰਦਾ ਸਾਹਿਬ ਵੀ ਲੈਜੈਂਡਸ ਆ ਠੀਕ ਨੇ ਏਐਸ ਕੰਗ ਜੀ ਹੋਇਆ ਗੁਰਦਾਸ ਮਾਨ ਜੀ ਇਹਨਾਂ ਤੋਂ ਕੋਈ ਸਲੂਟ ਕਰਨਾ ਪੈਂਦਾ ਠੀਕ ਨੇ ਪਰ ਉਹ ਬਹੁਤ ਕੰਫਰਟੇਬਲ ਮਾਹੌਲ ਪੈਦਾ ਕਰ ਲੈਂਦੇ ਆ ਜਦੋਂ ਗਾਉਂਦੇ ਤੁਹਾਡੇ ਨਾਲ ਸੁਰਿੰਦਰ ਸਿੰਦਾ ਜੀ ਹਾਂਜੀ ਹਾਂਜੀ ਉਹ ਦੇਖੋ ਸਿੰਦਾ ਸਾਹਿਬ ਦੀ ਆਵਾਜ਼ ਬਹੁਤ ਐਸੀ ਆਵਾਜ਼ ਆ ਵੀ ਗੱਲ ਛੱਡਦੇ ਵੀ ਜਿੱਦਾਂ ਪੰਜ ਬੰਦੇ ਬੋਲਦੇ ਹੁੰਦੇ ਆ ਮੇਰੇ ਵਾਸਤੇ ਬੜਾ ਮੁਸ਼ਕਲ ਸੀ ਗੱਲ ਲੇਕਿਨ ਕੋਸ਼ਿਸ਼ ਕੀਤੀ ਸੋ ਟੋਟਲ ਕਿੰਨੇ ਗੀਤ ਹੈ ਸਰ ਇਹਦੇ ਵਿੱਚ 8 ਸੌਂਗਸ ਹੈ ਜੀ ਤੇ ਰਿਚਾ ਸ਼ਰਮਾ ਜੀ ਬੰਬੇ ਤੁਹਾਡਾ ਬਹੁਤ ਚੰਗੀ ਆਰਟਿਸਟ ਹੈ ਤੇ ਉਹ ਚਲਮਨ ਸਿੰਘ ਢੰਡਾ ਜੀ ਦਾ ਲਿਖਿਆ ਹੋਇਆ ਗੀਤ ਜਿਹੜਾ ਰਿਚਰਡ ਸ਼ਰਮਾ ਨੇ ਉਹ ਵੀ ਥੋੜੇ ਆਸ ਕੀ ਮਿਸ਼ੂ ਕੀ ਲਾਗੀ ਤੇ ਉਹ ਲਿਖਦੇ ਜਿਹੜਾ ਸਬਿਆਚਾਰਕ ਗੀਤ ਉਹਨਾਂ ਦੇ ਮਨਗਾਇਕ ਵੀ ਸੌਖੀ ਨਹੀਂ ਮਿਲਗੀ ਤੈਨੂੰ ਇਹ ਪਗੜੀ ਸਿਰ ਦਾ ਚੜਦੀ ਕਲਾ ਵਿੱਚ ਰਹਿੰਦੇ ਹਨ ਕੀ ਪੁੱਤ ਸਰਦਾਰਾਂ ਦੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਨੋ ਨੋ ਜਿਹੜਾ ਤੁਸੀਂ ਕੌਮ ਦੇ ਹੀਰੇ ਦਾ ਗੀਤ ਗਾਇਆ ਉਹ ਬਹੁਤ ਹਿੱਟ ਗੀਤ ਰਿਹਾ ਉਹ ਗੀਤ ਵਾਰੇ ਵੀ ਮੈਨੂੰ ਦੱਸੋ ਕਿਦਾਂ ਲਿਖਿਆ ਸੀ ਉਹ ਰਾਜ ਕਾਕੜਾ ਜੀ ਮੇਰੀ ਕੋਤੇ ਹੀਰੇ ਜ਼ਾਲਮ ਦਾ ਉਹਨਾਂ ਨੇ ਐਕਟਿੰਗ ਵੀ ਕੀਤੀ ਸੀ ਉਸ ਫਿਲਮ ਦੇ ਵਿੱਚ ਹਾਂਜੀ ਤੇ ਭਾਜੀ ਦਾ ਮੇਰਾ ਗੀਤ ਲਿਖਿਆ ਸੀਗਾ ਮੈਂ ਕਹਾਂਗਾ ਮੇਰੇ ਜ਼ਿੰਦਗੀ ਦਾ ਐਸਾ ਬਹੁਤ ਵਧੀਆ ਗੀਤ ਹੈ ਵੀ ਚਿੱਠੀ ਲੰਡਰੋਂ ਲਿਖਦਾ ਤਾਰਾ ਹਾਂ ਹਾਂਜੀ ਪਟ ਦਾ ਹਾਸਲ ਬਹੁਤ ਸਾਰੀ ਦੁਨੀਆ ਵਿੱਚ ਪਿਆਰ ਦਿੱਤਾ ਉਸ ਗੀਤ ਨੂੰ ਕਾਕੜਾ ਜੀ ਦਾ ਲਿਖਿਆ ਸੀਗਾ ਉਹਨਾਂ ਨੇ ਫਿਰ ਕੇ ਐਸੇ ਵੀ ਇਸ ਗੀਤ ਮੇਰੀ ਫਿਲਮ ਦੇ ਵਿੱਚ ਜਿਹੜਾ ਗੀਤ ਜੀ ਹੈ ਸੋ ਤੁਸੀਂ ਦੱਸੋ ਐਸੇ ਵੀ ਸੁਰੇਂਦਰ ਸ਼ਿੰਦਾ ਜੀ ਨੋਟ ਜਰ ਕਰ ਦਿਓ ਹਾਂਜੀ ਸ਼ਿੰਦਾ ਸਾਹਿਬ ਤੇ ਅਬਰਾਰ ਹੱਕ ਜੀ ਸ਼ਾਜ਼ੀਆ ਮਨਜ਼ੂਰ ਜਿਆਜੀ ਵੀ ਦਲਜੀਤ ਬਾਜੀ ਤੇ ਕਮਲ ਖਾਨ ਹੂੰ ਹੂੰ ਕੋਟਚ ਆਰਟਿਸਟ ਹੈ ਉਹ ਸਰੀਲਾ ਹੂੰ ਹੂੰ ਹਾਂਜੀ ਉਹਨਾਂ ਨੇ ਵੀ ਇੱਕ ਕੁਵਾਲੀ ਸਟਾਈਲ ਹੈ ਅੱਛਾ ਸੋ ਹਰ ਇੱਕ ਚੀਜ਼ ਸਿੰਗਰ ਦੇ ਅਕੋਰਡਿੰਗ ਤੋਂ ਬਣਾਇਆ ਜਿਦਾਂ ਸ਼ਾਜ਼ੀ ਅਮਜ ਨੂੰ ਥੋੜੇ ਰੋਮਾਂਟਿਕ ਸਾਂਗੇ ਹਾਂਜੀ ਤੇ ਅਕਬਲ ਹਾਕ ਨੂੰ ਥੋੜੇ ਸ਼ਰਾਰਤੀ ਆ ਸੋ ਇਸ ਤਰ੍ਹਾਂ ਕੋਸ਼ਿਸ਼ ਕੀਤੀ ਇੱਕ ਮੇਰਾ ਗੀਤ ਹੈ ਸੋਲੋ ਮੇਰਾ ਅਮਰਜੀਤ ਮੁਸਾਫੀ ਤੇ ਲਿਖਿਆ ਉਹਦੇ ਵਰਗਾ ਡੋਨਟ ਰੀਵੋ ਉਹ ਵੀ ਇੱਕ ਨਵਾਂ ਆਈਡੀਆ ਸੀਗਾ ਕੁਝ ਅੱਜਕੱਲ ਜਿਦਾਂ ਏ ਵੈਸਟਰਨਾਈਜ਼ ਹੋ ਗਏ ਜਿਵੇਂ ਮਨਅੂਸ ਮਲਸੂਰੇ ਚੀਜ਼ਾਂ ਵਿੱਚ ਫਿੱਟ ਕੀਤੀਆਂ ਪੱਛਮੀ ਸਭਤਾ ਲੱਗ ਹਾਂਜੀ ਆਈ ਆਈ ਵਾਚ ਬਗੈਰਾ ਆ ਗਈ ਇਸ ਤਰ੍ਹਾਂ ਦੀਆਂ ਚੀਜ਼ਾਂ ਕੋਈ ਅੱਛਾ ਸਿਰ ਤੇ ਮਾਡਰਨ ਕੰਪਿਊਟਰ ਹਾਂਜੀ ਆਹ ਸੈਲਫੀ ਡੱਕਾ ਫੇਸ ਬਗੈਰਾ ਲੁੱਕ ਇਹ ਇਹ ਚੀਜ਼ਾਂ ਜਿਹੜੀਆਂ ਵਿੱਚ ਵਾਰੀ ਵੈਰੀ ਗੁੱਡ ਹਾਂਜੀ ਕਿਉਂਕਿ ਗੀਤ ਉਹ ਹੀ ਚੰਗੇ ਲੱਗਦੇ ਜਿਹੜੇ ਸਮੇਂ ਦੇ ਮੁਤਾਬਕ ਵਾਪਰ ਰਹੀਆਂ ਘਟਨਾਵਾਂ ਦੇ ਪ੍ਰਤੀ ਜਿਵੇਂ ਤੁਸੀਂ ਕੌਮ ਦੇ ਖੀਰੇ ਦਾ ਗੀਤ ਗਾਇਆ ਸੀ ਹੋਰ ਫਿਲਮਾਂ ਦੇ ਗੀਤ ਜਿਵੇਂ ਹੋਰ ਇੱਕ ਕਮਕਾਰੋ ਫਿਲਮ ਆਰੀ ਉਹਦੇ ਚ ਵੀ ਮੇਰੇ ਦੋ ਗੀਤ ਹੈ ਹਾਂਜੀ ਧਰਮ ਗੀਤ ਜੀ ਹਮ ਹਮ ਤੇ ਇੱਕ ਮਾਗੀ ਗੀਤ ਪਿੱਛੇ ਜੇ ਗਾਇਆ ਸੀਗਾ ਵੀ ਨਸ਼ਿਆਂ ਨੂੰ ਨਤ ਬੜਾ ਹਾਕਮ ਹੋਣੀ ਤੇ ਲੱਭਨੇ ਨਹੀਂ ਸੂਰ ਮੇ ਪੰਜਾਬ ਦੇ ਗਾ ਕੇ ਸੁਣਾ ਦੋ ਬੋਲੋ ਕਿ ਮੈਂ ਗੀਤ ਤੋਂ ਪਹਿਲਾਂ ਵੀ ਮੈਂ ਇੱਕ ਚੀਜ਼ ਕਹਿਣੀ ਚਾਹੂੰਗਾ ਜੀ ਜੀ ਫਿਚਰ ਅਸੀਂ ਵੀ ਗਾਇਏ ਪੇ ਰੰਗਲਾ ਪੰਜਾਬ ਲੇਕਿਨ ਜਿਹੜੀ ਅਸਲੀ ਗੱਲ ਹੈ ਤਰਸਜੋਗ ਹਾਲਤ ਪੰਜਾਬ ਦਾ ਇਸ ਵੇਲੇ ਅਸੀਂ ਤਾਂ ਬਹੁਤ ਜ਼ਾਇਦਾ ਨੇ ਦੇਖੀਦਾ ਜੰਗਸਤਰਾ ਦਾ ਕੀ ਅਸੀਂ ਸੋਚੀਦਾ ਯਾਰ ਇਹ ਫਿਊਚਰ ਕੀ ਹੋਊਗਾ ਹਾਂਜੀ ਕੋਈ ਪਿੰਡ ਚ ਕੋਈ ਵਿਰਲਾ ਹੀ ਹੋਗਾ ਮੱਡਾ ਬਚਿਆ ਜਿਹੜਾ ਨਸ਼ੇ ਤੋਂ ਬਚਿਆ ਹਾਂਜੀ ਕੋਈ ਕੋਤੀ ਕੇ ਰਾਇ ਕੋਈ ਪਤਾ ਨਹੀਂ ਕੀ ਕਰ ਰਿਹਾ ਸੋ ਉਹ ਗੀਤ ਲਾਲ ਅਠੌਲੀ ਜੀ ਨੇ ਲਿਖਿਆ ਸੀਗਾ ਸੋ ਮੈਂ ਦੋ ਬੋਲ ਤੁਹਾਨੂੰ ਸੁਣਾਣਾ ਹਾਂਜੀ ਇਰਸ਼ਾਦ ਚਿੱਟਾ ਤਿਸ ਮੈਂ ਕਿ ਤਰਾ ਤਰ ਵਿਕਦਾ ਪੱਟ ਤਿੰਦਾ ਘਰ ਪੁੱਤ ਪੀਂਦਾ ਜਿਸ ਦਾ ਵਿਰਲਾ ਬਚੂਗਾ ਮੁੰਡਾ ਲੱਗਦਾ ਮੱਛੀ ਕੰੰਦਾ ਕਰੇ ਜੋ ਤਲਾਬ ਨੂੰ ਸੁੱਟਦੇ ਉਹ ਕੱਢ ਕੇ ਤਲਾਬ ਚੋਂ ਨਸ਼ਿਆਂ ਨੂੰ ਨੱਥ ਪਾ ਲੋ ਹਾਕਮੋਂ ਨਹੀਂ ਤੇ ਲੱਭਨੇ ਨਹੀਂ ਸੂਰ ਮੈਂ ਪੰਜਾਬ ਚੋਂ ਨਸ਼ਿਆਂ ਨੂੰ ਨੱਥ ਪਾ ਲੋ ਹਾਕਮੋਂ ਨਹੀਂ ਤੇ ਲੱਭਨੇ ਨਹੀਂ ਸੂਰ ਮੈਂ ਪੰਜਾਬ ਚੋਂ ਵਾ 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 ਕੀ ਬਾਤ ਹੈ ਬਹੁਤ ਅੱਛੇ ਬੋਲ ਲਿਖੇ ਲਾਜੀ ਨੇ ਸੋ ਖੀਰ ਕੀ ਕਰਨਾ ਚਾਹਗੇ ਸਾਡੇ ਵੇਖਣ ਤੇ ਸੁਣੋ ਲੈ ਮੈਂ ਬਸ ਇਹ ਕਹਾਂਗਾ ਤੇਨ ਸਾਹਿਬ ਵੀ ਅੱਗੇ ਤੇ ਪੰਨ ਬਹੁਤ ਸਰਕਾਰ ਕੈਨੇਡਾ ਨਿਵਾਸੀ ਪ੍ਰਵਾਸੀਆਂ ਨੇ ਦਿੱਤਾ ਕਈ ਸਾਲਾਂ ਤੋਂ ਹਾਂਜੀ ਬਾਕੀ ਸਤਿਗੁਰੂ ਕਿਰਪਾ ਕਰਨ ਬਹੁਤ ਸਾਰੀਆਂ ਚੀਜ਼ਾਂ ਹੈ ਹਾਂਜੀ ਮੰਜ਼ਰ ਬਹੁਤ ਦੂਰ ਹੈ ਗੁਰੂ ਮਹਾਰਾਜ ਬਖਸ਼ਿਸ ਕਰਨ ਇਸ ਤੋਂ ਬਾਅਦ ਹੋਰ ਵੀ ਰਿਲੀਜੀਅਸ ਚੀਜ਼ਾਂ ਵੀ ਕਰਾਂਗਾ ਹੋਰ ਪਿਛੇ ਜੇ ਅਰਦਾਸ ਵੀ ਸੀਗੀ ਤੇ ਬਹੁਤ ਸਾਰਾ ਪਿਆਰ ਦਿੱਤਾ BBC ਇੰਟਰਨੈਟ ਬੈਗ ਤੇ ਨੇ ਬਹੁਤ ਦਿੱਤਾ ਸਿਮਰਨ ਹਾਂਜੀ ਸੋ ਇਹ ਵੀ ਜੇ ਚੀਜ਼ਾਂ ਵੀ ਧਰਮ ਸੇਵਾ ਚੈਰਿਟੀ ਵਾਸਤੇ ਸੇਕਾ ਸਭ ਕੁਝ ਜੀ ਮਿਹਰਬਾਨੀ ਥੈਂਕ ਯੂ ਫॉर ਕਮਿੰਗ ਸੋ ਦਾ ਹਲੇ ਪਵਿਕ ਬਹੁਤ ਰੌਸ਼ਨ ਨਜ਼ਰ ਆ ਰਿਹਾ ਮੈਨੂੰ Uh, the, once again, Thank you. Sir. Thank you.